ਸ੍ਰੀ ਗੁਰੂ ਰਾਮਦਾਸ ਜੀ ਲੰਗਰ ਸੇਵਾਪੁਰ ਹੀਰਾ ਵੱਲੋਂ ਸੂਬੇ ਦੇ ਵੱਖ-ਵੱਖ ਸਿਵਲ ਹਸਪਤਾਲਾਂ ਵਿੱਚ ਰੋਜ਼ਾਨਾ 3 ਟਾਈਮ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਲੜੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਅੱਜੋਵਾਲ ਵਿੱਚ ਛੋਟੇ ਬੱਚਿਆਂ ਨੂੰ ਸਵੇਰੇ ਦੁੱਧ, ਫਲ, ਦੁਪਹਿਰ ਨੂੰ ਸਬਜ਼ੀ, ਚਾਵਲ ਅਤੇ ਰੋਟੀ ਦੇਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਦੇ ਸੰਕਲਪ ਨੂੰ ਲੈ ਕੇ ਸੰਸਥਾ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਕਦਮ ਹੈ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰ ਹੈ, ਉਸਨੇ ਆਪਣੀ ਰਚਨਾ ਵਿੱਚ ਅਦਭੁਤ ਜੀ ਖੇਡ ਰਚੀ ਹੈ। ਕਿਸੇ ਜੀਵ ਅੰਦਰ ਬੈਠਾ ਉਹ ਆਪ ਲੋੜਵੰਦ ਬਣ ਜਾਂਦਾ ਹੈ, ਕਿਸੇ ਜੀਵ ਵਿੱਚ ਆਪ ਬੈਠਾ ਵੰਡਣ ਵਾਲਾ ਬਣ ਜਾਂਦਾ। ਜਿਵੇਂ ਪਾਰ ਬ੍ਰਹਮ ਪਰਮੇਸ਼ਵਰ ਨੇ ਹਰ ਜੀਵ ਦਾ ਰਿਜ਼ਕ ਲਿਖਿਆ ਹੈ, ਉਸ ਅਨੁਸਾਰ ਪਰਮਾਤਮਾ ਆਪ ਹੀ ਵਿਧਾ ਬਣਾ ਦਿੰਦਾ ਹੈ। ਪਿਛਲੇ ਕੁਝ ਸਮੇਂ ਤੋਂ ਅਤਿ ਸਨਮਾਨਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਜਿਨ੍ਹਾਂ ਨੂੰ ਗੁਰੂ ਰਾਮਦਾਸ ਨੇ ਪ੍ਰੇਰਣਾ ਦਿੱਤੀ, ਸਮੂਹ ਅਮਰੀਕਾ ਦੀ ਸੰਗਤ, ਇੱਥੋਂ ਭਾਰਤ ਦੀ ਸੰਗਤ, ਵੱਖ ਵੱਖ ਮੁਲਕਾਂ ਦੀ ਸੰਗਤ, ਉਹਨਾਂ ਨੇ ਪਿਛਲੇ ਦਿਨੀ ਉਪਰਾਲਾ ਕੀਤਾ। ਗੁਰੂ ਰਾਮਦਾਸ ਮਹਾਰਾਜ ਹਜ਼ੂਰ ਦੇ ਨਾਮ ਤੇ ਲੰਗਰ ਦੀ ਪ੍ਰਾਰੰਭਤਾ ਕੀਤੀ ਔਰ ਉਸ ਦੀ ਸ਼ੁਰੂਆਤ ਕੀਤੀ ਗਈ ਸੀ ਸਿਵਲ ਹਸਪਤਾਲ ਵਿੱਚ। ਜਿਹੜੇ ਮਰੀਜ਼ ਨੇ ਉਹਨਾਂ ਵਾਸਤੇ 3 ਵਕਤ ਦਾ ਹਸਪਤਾਲਾਂ ਵਿੱਚ ਪਹੁੰਚ ਰਿਹਾ। ਇਹ ਜਿੱਥੇ ਸਕੂਲ ਵਿੱਚ ਅਜੇ ਆਏ ਹਾਂ, ਇੱਥੇ ਬੱਚਿਆਂ ਵਾਸਤੇ ਲੰਗਰ ਦੀ ਸੇਵਾ ਦਾ ਇੰਤਜ਼ਾਮ ਗੁਰੂ ਰਾਮਦਾਸ ਲੰਗਰ ਵੱਲੋਂ ਕੀਤਾ ਗਿਆ। ਅਸੀਂ ਸਮੂਹ ਸੰਗਤ ਦਾ ਧੰਨਵਾਦ ਕਰਨੇ ਹਾਂ, ਅਕਾਲ ਪੁਰਖ ਦਾ ਸ਼ੁਕਰ ਕਰਨੇ ਹਾਂ, ਜਿਸ ਨੇ ਸੇਵਾ ਕਰਨ ਦਾ ਸਾਨੂੰ ਸੁਭਾਗ ਬਖਸ਼ ਦੇ ਦਿੱਤਾ। ਦਾਸ ਸਿਰਫ ਇੱਕੋ ਬੇਨਤੀ ਕਰਦਾ, ਸਤਿਗੁਰੂ ਕਿਰਪਾ ਕਰਿਓ, ਇਸ ਸੇਵਾ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੋ। ਅਸੀਂ ਇੱਥੋਂ ਦੇ ਸੋਹ ਬੱਚਿਆਂ ਨੂੰ ਅੱਜ ਦੇਖਿਆ, ਮਨ ਭਰ ਆਇਆ ਹੈ ਮਾਲਕਾ ਤੂੰ ਤਰਸ ਕਰ, ਸਭੇ ਜੀ ਸੰਭਾਲ ਆਪਣੀ ਵੇਰ ਕਰ, ਤੂੰ ਤਰਸ ਕਰਦਾ ਤਾਂ ਇਹ ਸਾਰੇ ਤੇਰੇ ਬਣਾਏ ਨੇ, ਤੇਰੇ ਬਣਾਇਆਂ ਦੀ ਸੇਵਾ ਕਰਨ ਦੀ ਦਾਤ ਬਖਸ਼ ਦੇ। ਸਮੁੱਚੇ ਪ੍ਰਬੰਧ ਦਾ, ਸਮੁੱਚੇ ਇੱਥੋਂ ਦੇ ਟੀਚਰ ਸਾਹਿਬਾਨ ਔਰ ਜਿਹੜੇ ਸਿੰਘ ਇੱਥੇ ਸੇਵਾ ਕਰ ਰਹੇ, ਇਹ ਸਾਰੇ ਵੀਰਾਂ ਦਾ ਜੀ, ਇਸ ਕਰਕੇ ਮੈਂ ਅਰਦਾਸ ਕਰਾਂਗਾ ਦਾਤਾ, ਇਹਨਾਂ ਨੂੰ ਸਭ ਨੂੰ ਤਰੱਕੀ ਬਖਸ਼ੀ, ਅਸੀਂ ਪ੍ਰੇਮ ਭਾਵਨਾ ਸਹਿਤ ਸੇਵਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਪ੍ਰੋਫੈਸਰ ਬਹਾਦਰ ਸਿੰਘ ਅਤੇ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਦੇ ਪਿਤਾ ਨੇ ਦੱਸਿਆ। ਮੈਂ ਪ੍ਰੋਫੈਸਰ ਬਹਾਦਰ ਸਿੰਘ ਸਨੇਤ, ਅੱਜ ਅਸੀਂ ਪ੍ਰੀਤ ਨਗਰ ਦੇ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ ਵਿੱਚ ਹੈਗੇ ਆ ਅੱਜੋਵਾਲ। ਸੋ ਇਹ ਸਕੂਲ ਜਿਹੜਾ ਹੈਗਾ ਇਹ 5ਵੀਂ ਤੱਕ ਹੈਗਾ, ਜੋ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਵੱਲੋਂ ਅਡੋਪਟ ਕੀਤਾ ਗਿਆ ਸੀਗਾ। ਅਸੀਂ ਲੋਕਲ ਜਿਹੜੇ ਹੈਗੇ ਐਨ ਜੀ ਓ ਇਹਨਾਂ ਦੀ ਹੈਲਪ ਕਰ ਰਹੇ ਹੈਗੇ ਆ, ਇੱਥੇ ਸੇਵਾ ਮਿਲੀ ਸਾਨੂੰ। ਤੋ ਇੱਥੋਂ ਦੇ ਜਿਹੜੇ ਬੱਚੇ ਹੈਗੇ ਆ ਜੀ, ਉਹ 5ਵੀਂ ਤੱਕ ਜਦੋਂ ਪੜ੍ਹਦੇ ਹੈਗੇ ਆ ਤੇ ਉਹਨਾਂ ਨੂੰ ਜਿਸ ਤਰ੍ਹਾਂ ਮਿਡ ਡੇ ਮੀਲ ਮਿਲਦਾ ਹੈਗਾ, ਤੇ ਕੁਛ ਬੱਚੇ ਸਾਡੇ ਕੋਲ ਪ੍ਰੀ ਪ੍ਰਾਇਮਰੀ ਆ ਜੋ ਸਰਕਾਰ ਨੇ ਸ਼ੁਰੂ ਕੀਤੇ, ਉਹਨਾਂ ਨੂੰ ਮਿਡ ਡੇ ਮੀਲ ਤਾਂ ਨਹੀਂ ਸੀ ਮਿਲਦਾ ਹੈਗਾ। ਤੇ ਆਪਣੇ ਲੰਗਰ ਵਾਲੇ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਇੱਕ ਮਹਾਨ ਸੇਵਾ ਸ਼ੁਰੂ ਹੋਈ ਲੰਗਰ ਦੀ, ਬਾਬਾ ਮਨਜੀਤ ਸਿੰਘ ਜੀ, ਸੰਤ ਮਨਜੀਤ ਸਿੰਘ ਜੀ ਨੇ ਵਿਜ਼ਿਟ ਕੀਤੇ ਸੀ ਇੱਥੇ। ਉਹਨਾਂ ਨੇ ਦੇਖਿਆ ਕਿ ਬੱਚਿਆਂ, ਕਿਉਂਕਿ ਬਹੁਤ ਹੀ ਗਰੀਬ ਘਰਾਂ ਦੇ ਬੱਚੇ ਆ, ਇਹਨਾਂ ਨੂੰ ਪੂਰੀ ਤਰ੍ਹਾਂ ਖਾਣਾ ਨਹੀਂ ਮਿਲਦਾ, ਤੇ ਉਹਨਾਂ ਨੇ ਕਿਹਾ ਸੀਗਾ ਕਿ ਐਜੂਕੇਸ਼ਨ ਤੁਸੀਂ ਪ੍ਰੋਵਾਈਡ ਕਰੋ ਤੇ ਇਹਨਾਂ ਨੂੰ ਜਿਹੜਾ ਖਾਣਾ ਹੈਗਾ
ਉਹ ਅਸੀਂ ਦਿਆ ਕਰਾਂਗੇ। ਅੱਜ ਉਹ ਆਪ ਹੀ ਇੱਥੇ ਆ ਕੇ ਇਹਨਾਂ ਬੱਚਿਆਂ ਵਾਸਤੇ ਖਾਣਾ ਜਿਹੜਾ ਹੈਗਾ ਦੇਣ ਦੀ ਸ਼ੁਰੂਆਤ ਕਰਨਗੇ ਇੱਥੇ, ਤੇ ਇਹ ਗਰੀਬ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਜੀ ਅੱਗੇ। ਤੇ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਜੋ ਲੰਗਰ ਸੇਵਾ ਵਾਲੇ ਆ ਕਿ ਉਹਨਾਂ ਨੇ ਖਾਣੇ ਦੀ ਜੋ ਪ੍ਰੋਬਲਮ ਸੀ ਉਹ ਹੱਲ ਕਰ ਦਿੱਤੀ ਹੈਗੀ ਹੈ। ਬਹੁਤ ਬਹੁਤ ਧੰਨਵਾਦ। ਨਮਸਤੇ, ਮੇਰਾ ਨਾਮ ਪ੍ਰਦੀਪ ਸਿੰਘ, ਮੈਂ ਜਵਾਲ ਪ੍ਰੀਤਨਗਰ ਦਾ ਰਹਿਣ ਵਾਲਾ। ਇੱਥੇ ਮੇਰੇ ਦੋ ਬੱਚੀਆਂ ਪੜ੍ਹਦੀਆਂ, ਉਹਨਾਂ ਨੂੰ ਖਾਣ ਵਾਸਤੇ ਇੱਥੇ ਸਰਕਾਰ ਮਦਦ ਕਰਦੀ ਆ, ਖਾਣਾ ਵੀ ਮਿਲਦਾ ਟਾਈਮ ਸੇਤੀ, ਉਹਨਾਂ ਨੂੰ ਬਹੁਤ ਮਦਦ ਕੀਤੀ ਜਾਂਦੀ ਆ। ਔਰ ਵੀ ਇੱਥੇ ਜਿਹੜੇ ਯੂਨੀਫਾਰਮ ਜਿਹੜੇ ਕੱਪੜੇ ਉਹਨਾਂ ਦੇ ਉਹ ਵੀ ਦਿੱਤੇ ਗਏ ਸੀ, ਟਾਈਆਂ ਵਗੈਰਾ ਉਹ ਇੱਥੇ ਜਿਹੜੇ ਮਦਦ ਕਰਦੀ ਪਈ ਹੈ, ਜਿਹਨਾਂ ਦੇ ਸੰਸਥਾ ਜਿਹੜੀ ਮਦਦ ਕਰਦੀ ਪਈ ਹੈ ਉਹ ਭੇਜਦੇ ਪਏ ਇੱਥੇ, ਤੇ ਉਹ ਬਹੁਤ ਹੈਲਪ ਕੀਤੀ ਜਾਂਦੀ ਆ ਖਾਣੇ ਵਾਸਤੇ ਵੀ ਔਰ ਯੂਨੀਫਾਰਮ ਵਾਸਤੇ ਵੀ, ਕਿਤਾਬਾਂ ਵਾਸਤੇ ਵੀ ਉਹ ਮਦਦ ਕਰਦੇ ਪਏ ਆ। ਹਾਂਜੀ, ਬੱਚੇ ਪੜ੍ਹਦੇ ਪਏ ਆ ਔਰ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ, ਅੱਛੀ ਤਰੀਕੇ ਨਾਲ ਬੱਚੇ ਪੜ੍ਹ ਰਹੇ ਆ ਔਰ ਅੱਗੇ ਵਧ ਰਹੇ ਆ।